ਮੋਗਾ ਦੇ ਬਿਲਕੁਲ ਨਾਲ ਲੱਗਦੇ ਪਿੰਡ ਲੰਡੇਕੇ ਜਿਹੜਾ ਕਿ ਹੁਣ ਸ਼ਹਿਰੀ ਆਬਾਦੀ ਵਿੱਚ ਆਉਣ ਕਰਕੇ ਵਾਰਡ ਨੰਬਰ ਪੰਜਾਬ 'ਚ ਤਬਦੀਲ ਹੋ ਗਿਆ। ਉੱਥੇ ਪੁਲਿਸ ਫੋਰਸ ਨਾਲ ਸਾਬਕਾ MP ਕੇਵਲ ਸਿੰਘ ਦੇ ਨਾਮ 'ਤੇ ਬਣੀ ਬਸਤੀ 'ਤੇ ਰੇਡ ਕੀਤੀ, ਜਿੱਥੇ ਕੁਝ ਨਸ਼ਾ ਤਸਕਰਾਂ ਦੇ ਘਰਾਂ 'ਚ ਤਲਾਸ਼ੀ ਲਈ ਗਈ। ਭਾਵੇਂ ਇਸ ਰੇਡ ਨਾਲ ਪੁਲਿਸ ਦੇ ਹੱਥ ਵਿੱਚ ਕੁਝ ਨਹੀਂ ਲੱਗਾ, ਪਰ ਨਸ਼ਾ ਤਸਕਰੀ ਦੇ ਆਧਾਰ 'ਤੇ 4 ਨੌਜਵਾਨ ਅਤੇ 2 ਔਰਤਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ DSP ਸਿਟੀ ਨੇ ਦੱਸਿਆ ਕਿ ਅੱਜ 7 ਦੇ ਕਰੀਬ ਪੁਲਿਸ ਨੌਜਵਾਨਾਂ ਨਾਲ ਸਾਬਕਾ MP ਕੇਵਲ ਸਿੰਘ ਦੀ ਬਸਤੀ ਵਿੱਚ ਪਹੁੰਚੇ ਅਤੇ ਨਸ਼ੇ ਦਾ ਸੇਵਨ ਅਤੇ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਘਰਾਂ 'ਚ ਤਲਾਸ਼ੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਬਸਤੀ ਵਿੱਚ ਕਈ ਨੌਜਵਾਨਾਂ 'ਤੇ ਨਸ਼ਾ ਤਸਕਰੀ ਦੇ ਪਰਚੇ ਦਰਜ ਨੇ ਅਤੇ ਸੂਚਨਾ ਮਿਲੀ ਸੀ ਕਿ ਅਜੇ ਵੀ ਨਸ਼ੇ ਦਾ ਕਾਰੋਬਾਰ ਕਰਦੇ ਨੇ, ਇਸ ਲਈ ਇਹ ਕਾਰਵਾਈ ਕੀਤੀ ਗਈ ਹੈ। ਸਾਨੂੰ ਕਾਫੀ ਲੋਕਾਂ ਦੇ ਨਸ਼ੇ ਵੇਚਣ ਦਾ ਸਾਨੂੰ ਇਹਨਾਂ 'ਤੇ ਸ਼ੱਕ ਸੀਗਾ। ਪਿੰਡ ਲੰਡੇਕੇ ਦੀ ਇੱਕ MP ਬਸਤੀ ਹੈ, ਵਾਰ ਵਾਰ ਉਹ MP ਬਸਤੀ ਦੇ ਵਿੱਚ ਕਾਫੀ ਸਾਰੇ ਲੋਕਾਂ ਦੀ ਸ਼ਿਕਾਇਤ ਸਾਡੇ ਕੋਲ ਕਈ ਤਰ੍ਹਾਂ ਤੋਂ ਆ ਰਹੀ ਸੀ। ਅੱਜ ਸਾਡੀ ਸਬਜ਼ੀ ਦੀ ਰਿਪੋਰਟ ਲੈ ਕੇ ਨਾਲ 2 ਟੀਮਾਂ ਡੋਗ ਸਕਾਡ ਲੈ ਕੇ ਇਹਨਾਂ ਘਰਾਂ ਦੇ ਵਿੱਚ ਅਸੀਂ ਸਰਚ ਕਰ ਰਹੇ ਹਾਂ। ਸਾਰੀ ਬਸਤੀ ਦੀ ਜਾਂ ਸਰਚ ਕਰਨ ਜਾ ਰਹੀ ਹੈ ਅਤੇ ਜਦੋਂ ਕੋਈ ਸਾਨੂੰ ਕੋਈ ਸਾਡੇ ਨੋਟਿਸ ਕੋਈ ਗੱਲ ਆਈ ਤਾਂ ਸਾਨੂੰ ਉਸ ਬਾਰੇ ਜਾਣਕਾਰੀ ਦੇਵੇ। ਕਿੰਨੇ ਕੁ ਇੱਥੇ ਘਰ ਹੈਗੇ ਔਰ ਕਿੰਨੀ ਫੋਰਸ ਇੱਥੇ ਪਹੁੰਚੀ? ਇੱਥੇ ਕਰੀਬ 100-125 ਦੇ ਨੇੜੇ ਘਰ ਹੈਗਾ। ਪਿੰਡ ਦੇ ਬਾਹਰ ਬਾਹਰ 'ਚ MP ਬਸਤੀ ਬਣੀ ਹੋਈ ਹੈ ਅਤੇ ਉਹ 'ਚੋਂ ਅਸੀਂ ਮੈਂ ਅੱਜ ਕਰੀਬ 70 ਕੁ ਦੇ ਨੇੜੇ ਜਵਾਨ ਲੈ ਕੇ ਇੱਥੇ ਸਾਰੇ ਬਸਤੀ ਦੀ ਸਰਚ ਕਰਾ ਰਹੇ ਹਾਂ। ਕੁਛ ਇਸ ਤਰ੍ਹਾਂ ਦੇ ਵੀ ਹੈਗੇ ਜਿਹਨਾਂ ਦੇ ਕੋਈ ਇੱਥੇ ਮਾਮਲੇ ਦਰਜ ਹੋਣ ਜਿਹੜੇ ਨਸ਼ੇ ਦੇ ਕਾਰੋਬਾਰ 'ਚ ਲਿਪਤ ਹੋਣ? ਪਹਿਲਾਂ ਕਈ ਲੋਕਾਂ ਦੇ ਮਾਮਲੇ ਦਰਜ ਨੇ ਜਿਨ੍ਹਾਂ ਨੇ ਇੱਥੇ ਪਹਿਲਾਂ NDTS ਐਕਟ ਦੇ ਮੁਕੱਦਮੇ ਦਰਜ ਹੈਗੇ ਆ ਅਤੇ ਉਹਨਾਂ ਦੀਆਂ ਸ਼ਿਕਾਇਤ ਵੀ ਹੈਗੀ ਅਤੇ ਅਸੀਂ ਚੰਗੀ ਤਰ੍ਹਾਂ ਸਰਚ ਕਰਾਂਗੇ। ਜੇ ਕੋਈ ਸਾਡੇ ਖਿਲਾਫ਼ ਸਾਡੇ ਨੋਟਿਸ 'ਚ ਗੱਲ ਆਈ ਤਾਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਬਰਾਮਦ ਹੋਇਆ ਜੀ? ਨਹੀਂ, ਇਹ ਸਰਚ ਚੱਲ ਰਹੀ ਹੈ ਜੀ, ਕੋਈ ਬਰਾਮਦ ਨਹੀਂ ਹੋਇਆ। ਕਿੰਨੇ ਬੰਦਿਆਂ ਨੂੰ ਰਾਊਂਡ ਆਫ ਕੀਤਾ? ਔਰਤਾਂ ਵੀ ਹੈਗੀਆਂ, ਕੁਛ ਕੁਛ ਸਰ ਨੂੰ ਕਰ ਰਹੇ ਹਾਂ। 20 ਬੰਦੇ ਵੀ ਹੈਗੇ ਆ ਜਿਹਨਾਂ ਦੇ ਖਿਲਾਫ਼ ਕੋਈ ਸ਼ਿਕਾਇਤ, ਉਹ ਵੀ ਹੈਗੇ ਆ। ਸਾਰਿਆਂ ਨੂੰ ਸਰ ਕੁਛ ਕੁਛ ਕਰਕੇ ਵਸਤੂ ਨੂੰ ਸਾਫ਼ ਕਰਨਾ ਚਾਹੁੰਦੇ। ਬਿਊਰੋ ਰਿਪੋਰਟ, ਆਵਾਜ਼ ਕੌਮ TV।